ਜਿੱਥੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਵੱਲੋਂ ਨਾਮਜ਼ਦਗੀਆਂ ਭਰਨੀਆਂ ਸ਼ੁਰੂ ਹੋ ਗਈਆਂ ਨੇ, ਉੱਥੇ ਹੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਚੋਣ ਮੁਹਿੰਮਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ, ਜਿਸ ਦੇ ਤਹਿਤ ਲੋਕ ਸਭਾ ਹਲਕਾ ਬਠਿੰਡੇ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਦੇ ਵਿੱਚ ਚੋਣ ਮੀਟਿੰਗ ਕੀਤੀ, ਜਿਸ ਦੌਰਾਨ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਸ਼ਬਦੀ ਹਮਲੇ ਕੀਤੇ ਅਤੇ ਨਾਲ ਹੀ ਕੈਪਟਨ ਅਮਰਿੰਦਰ ਦੇ ਬਿਆਨ ਦਾ ਵੀ ਹਰਸਿਮਰਤ ਨੇ ਤਿੱਖਾ ਪ੍ਰਤੀਕਰਮ ਦਿੱਤਾ। ਕਿਸਾਨ ਦੀ ਤਾਂ ਸਾਡੀ ਡਿਮਾਂਡ ਸੀ ਕਿ ਬਠਿੰਡਾ ਮੰਡੀ ਵਿੱਚ ਜਿਸ ਮਸ਼ੀਨ ਦੇ ਘਪਲੇ ਦੇ ਨਾਲ 10 ਦਿਨਾਂ ਤੋਂ ਕਿਸਾਨਾਂ ਨੂੰ ਬਿਠਾਇਆ ਹੋਇਆ ਸੀ, ਉਹਨਾਂ ਲੋਕਾਂ ਦੇ ਖਿਲਾਫ਼ ਐਕਸ਼ਨ ਲਿੱਤਾ ਜਾਏ, ਪਰਚਾ ਦਰਜ ਕੀਤਾ ਜਾਏ। ਅਤੇ ਖਬਰ ਆਈ ਕਿ ਫਿਰੋਜ਼ਪੁਰ ਤੋਂ ਲੈ ਕੇ ਫਰੀਦਕੋਟ ਤੋਂ ਲੈ ਕੇ ਹਰੇਕ ਕੋਨੇ 'ਚ ਜਿੱਥੇ ਇਹ ਮਸ਼ੀਨਾਂ ਦੇ ਕਾਰਨ ਲੋਕਾਂ ਦੀ ਚਕਾਈ ਨਹੀਂ ਹੋ ਰਹੀ ਸੀ, ਇਹ ਘਪਲਾ ਸਾਹਮਣੇ ਆਉਣ ਦੇ ਬਾਅਦ ਅਗਲੇ ਦਿਨ ਤੋਂ ਚਕਾਈ ਸ਼ੁਰੂ ਹੋ ਗਈ। ਤਾਂ ਉਹੀ ਮੋਇਸਚਰ ਜਿਹੜਾ 5-6% ਉੱਚਾ ਸੀ ਇੱਕਦਮ ਅਗਲੇ ਦਿਨ ਇਹ ਘੱਟ ਗਿਆ ਅਤੇ ਖਰੀਦ ਸ਼ੁਰੂ ਹੋ ਗਈ। ਸੋ ਉਹਨਾਂ ਸਾਰੇ ਅਫਸਰਾਂ ਦੇ ਖਿਲਾਫ਼ ਪਰਚੇ ਦਰਜ ਹੋਣੇ ਚਾਹੀਦੇ ਨੇ, ਅਤੇ ਜੇ ਕੈਪਟਨ ਸਾਹਿਬ ਸਿਰਫ ਇੱਕ ਦਿਖਾਵਾ ਕਰ ਰਹੇ ਨੇ ਮੰਡੀ ਦਾ ਘੇਰਾ ਲਾਉਣ ਵਾਸਤੇ, ਉਹ ਬਿਲਕੁਲ ਮਨਜ਼ੂਰ ਨਹੀਂ ਹੈਗਾ। ਜਿਨ੍ਹਾਂ ਨੇ ਮਸ਼ੀਨਾਂ ਦੇ ਨਾਲ ਘਪਲੇਬਾਜ਼ੀ ਕੀਤੀ ਉਹਨਾਂ ਦੇ ਖਿਲਾਫ਼ ਐਕਸ਼ਨ ਹੋਣਾ ਚਾਹੀਦਾ ਹੈ, ਨਹੀਂ ਤਾਂ ਇਹਦਾ ਮਤਲਬ ਕੈਪਟਨ ਸਾਹਿਬ ਖੁਦ ਇਸ ਘਪਲੇ ਨੂੰ ਆਪਣਾ ਆਸ਼ੀਰਵਾਦ ਦੇ ਕੇ ਸ਼ਾਮਿਲ ਸਨ। ਉਧਰ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ 'ਤੇ ਵੀ ਸ਼ਬਦੀ ਵਾਰ ਕੀਤੇ। ਦੇਖੋ ਇਹ ਜਿਹੜੇ ਡਰਾਮੇਬਾਜ਼ ਕੁਛ ਦਿਨਾਂ ਵਾਸਤੇ 19 ਤਰੀਕ ਤਾਂ ਇੱਥੇ ਆਏ ਨੇ, ਇਹ ਨਾ ਅੱਜ ਤੋਂ ਪਹਿਲੇ ਕਦੇ ਇਸ ਇਲਾਕੇ 'ਚ ਨਜ਼ਰ ਆਏ ਅਤੇ ਨਾ 19 ਤਰੀਕ 5 ਵਜਦੇ ਸਾਰੀ ਇਸ ਇਲਾਕੇ 'ਚ ਗਾਹ ਨਜ਼ਰ ਆਉਣਾ ਹੈ। ਇਹ ਬਾਹਰ ਦੇ ਪ੍ਰਵਾਸੀ ਪੰਛੀ ਨੇ ਜਿਹੜੇ ਕੁਛ ਦਿਨਾਂ ਦੇ ਇੱਥੇ ਮਹਿਮਾਨ ਨੇ, ਅਤੇ ਇਹਨਾਂ ਕੁਛਾਂ ਦਿਨਾਂ 'ਚ ਜਿੱਥੇ ਇਹਨਾਂ ਨੂੰ ਕੋਈ ਜਾਣਦਾ ਨਹੀਂ, ਇਹ ਕਿਸੇ ਨੂੰ ਜਾਣਦੇ ਨਹੀਂ, ਹੁਣ ਇਹ ਡਰਾਮੇਬਾਜ਼ੀ ਕਰਨੇ ਨੇ, ਹੁਣ ਕਿਸੇ ਦੇ ਘਰ ਜਿਹੜੇ ਆ ਸਾਡੇ ਪਿੰਡ 'ਚ ਰਹਿ ਕੇ ਆਏ ਨੇ, ਸਾਰੇ ਪਿੰਡ ਨੂੰ ਪਤਾ ਹੈ ਕਿ ਉਹਨਾਂ ਦੇ ਨਾਲ ਕੋਈ ਤਾਲਮੇਲ ਨਹੀਂ, ਆਪ ਹੀ ਬਾਹਰੋਂ ਰੋਟੀ ਲੈ ਕੇ ਆਏ, ਬਾਹਰ ਹੀ ਉੱਥੇ ਪਕਾਈ, ਸਾਹਮਣੇ ਫੋਟੋ ਖਿੱਚੀ, ਨਾਲ ਪੈਸੇ ਫੜਾ ਦੇ, ਜਿਹੜਾ ਚੋਣ ਜਾਬਤਾ 'ਚ ਅਲਾਊਡ ਨਹੀਂ ਹੈਗਾ। ਸੋ ਇਹ ਸਾਰੀ ਚੀਜ਼ਾਂ ਤਾਂ ਬਾਦਲ ਪਿੰਡ ਕਿਸੇ ਨੂੰ ਜਾ ਕੇ ਪੁੱਛ ਲਓ, ਸਾਰੀ ਤੁਹਾਨੂੰ ਦੱਸ ਦੇਣਗੇ। ਕੈਪਟਨ ਅਮਰਿੰਦਰ ਸਿੰਘ ਦੁਆਰਾ ਆਪਣੇ ਵਿਧਾਇਕ ਅਤੇ ਕੈਬਨਿਟ ਮੰਤਰੀਆਂ ਨੂੰ ਚੋਣ ਦੇ ਵਿੱਚ ਜਿੱਤ ਨਾ ਦਰਜ ਕਰਵਾਉਣ ਉੱਤੇ ਮੰਤਰੀ ਮੰਡਲ ਵੱਲੋਂ ਬਾਹਰ ਕੱਢਣ ਦੀ ਧਮਕੀ ਉੱਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਨੂੰ ਆਪਣੇ ਆਪ ਅਸਤੀਫਾ ਦੇ ਦੇਣਾ ਚਾਹੀਦਾ ਹੈ, ਜਿਨ੍ਹਾਂ ਨੇ ਆਟਾ ਦਾਲ ਪੈਨਸ਼ਨ ਸ਼ਗਨ ਸਕੀਮ ਬੰਦ ਕਰਕੇ ਲੋਕਾਂ ਨੂੰ ਝੂਠੇ ਵਾਅਦੇ ਕੀਤੇ ਨੇ ਅਤੇ ਅੱਜ ਪੰਜਾਬ ਦੀ ਜਨਤਾ ਕਾਂਗਰਸ ਨੂੰ ਮੂੰਹ ਨਹੀਂ ਲਗਾਉਣਾ ਚਾਹੁੰਦੀ। ਮੇਰਾ ਖਿਆਲ ਵਿਧਾਇਕਾਂ ਨੂੰ ਤਾਂ ਕੈਪਟਨ ਸਾਹਿਬ ਨੂੰ ਹਟਾਉਣਾ ਚਾਹੀਦਾ ਹੈ, ਜਿਨ੍ਹਾਂ ਦੀ ਨੀਤੀਆਂ ਕਰਕੇ ਅੱਜ ਕਾਂਗਰਸ ਦੇ ਮੂੰਹ ਲੱਗਣ ਨੂੰ ਕੋਈ ਰਾਜ਼ੀ ਨਹੀਂ ਹੈ। ਅੱਜ ਇਹਨਾਂ ਦੇ ਵੱਡੇ ਵੱਡੇ ਲੋਕ ਇਲੈਕਸ਼ਨ ਲੜਨ ਤੋਂ ਰਾਜ਼ੀ ਨਹੀਂ ਹੈਗੇ, ਇਹਨਾਂ ਦੇ ਵਰਕਰ ਇਹਨਾਂ ਦੇ ਲੀਡਰ ਲੋਕਾਂ ਦੇ ਵਿੱਚ ਨਹੀਂ ਜਾ ਸਕਦੇ, ਕਿਉਂਕਿ ਵਿਹੜਿਆਂ 'ਚ ਤਾਂ ਗਰੀਬ ਇਹਨਾਂ ਨੂੰ ਵੜਨ ਹੀ ਨਹੀਂ ਦੇ ਰਹੇ, ਜਿਨ੍ਹਾਂ ਦੇ ਕਾਰਡ ਕੱਟ ਦਿੱਤੇ ਨੇ, ਜਿਨ੍ਹਾਂ ਦੇ ਗਰੀਬ ਪੈਨਸ਼ਨ ਕੱਟਦੀਆਂ ਨੇ, ਜਿਨ੍ਹਾਂ ਦੇ ਵਰਦੀਆਂ ਬੱਚਿਆਂ ਦੀ ਨਹੀਂ ਦਿੱਤੀ, ਸਕੋਲਰਸ਼ਿਪ ਬੰਦ ਕੀਤੀ, ਬਿਜਲੀ ਦੇ 200 ਯੂਨਿਟ ਵੀ ਬੰਦ ਕੀਤੇ, ਮੀਟਰ ਵੀ ਪੱਟਤੇ, ਵੱਡੇ ਵੱਡੇ ਬਿਜਲੀ ਦੇ ਬਿੱਲ, ਕਿਹੜੇ ਮੂੰਹ ਦੇ ਨਾਲ ਕਾਂਗਰਸ ਕਿਹੜੇ ਵਰਗ ਦੇ ਕੋਲ ਜਾਊਗੀ? ਅੱਜ ਕਿਸਾਨ ਨੂੰ ਮੰਡੀਆਂ 'ਚ ਖੱਜਲ ਕੀਤਾ ਹੋਇਆ, ਗਰੀਬ ਦੀ ਸਾਰੀ ਸਹੂਲਤਾਂ ਖੋਲ੍ਹ ਦਿੱਤੀਆਂ ਨੇ, ਹਰ ਵਰਗ ਦਾ ਮੁਲਾਜ਼ਮ ਦੁਖੀ ਹੋ ਕੇ ਧਰਨੇ 'ਚ ਬੈਠਿਆ, ਜਿਨ੍ਹਾਂ ਨੂੰ 6-6 ਮਹੀਨੇ 8-8 ਮਹੀਨੇ DA ਨਹੀਂ ਮਿਲਿਆ, 7ਵੀਂ ਪੇ ਕਮਿਸ਼ਨ ਲਾਗੂ ਨਹੀਂ ਹੋਈ, ਇੱਕ ਕਾਂਗਰਸ ਟੈਕਸ ਉਹਨਾਂ ਦੇ ਤਨਖਾਹ ਵਿੱਚ ਲਗਾ ਕੇ ਹਰ ਮਹੀਨੇ 200 ਰੁਪਏ ਦਾ ਕੱਟ ਲਾਤਾ। ਸੋ ਹਰ ਵਰਗ ਇਹਨਾਂ ਦੇ ਨਾਲ ਦੁਖੀ ਹੈ, ਕਾਂਗਰਸ ਜਾਊਗੀ ਕਿਹਦੇ ਕੋਲ? ਅੱਜ ਕੋਈ ਵੀ ਕਾਂਗਰਸ ਨੂੰ ਮੂੰਹ ਲਾਉਣ ਤੋਂ ਰਾਜ਼ੀ ਨਹੀਂ ਹੈ, ਅਤੇ ਇਹ ਸਾਰੇ ਦੇ ਸਾਰੇ ਜ਼ਿੰਮੇਦਾਰ ਸਾਰੀ ਕਾਂਗਰਸ ਲੀਡਰਸ਼ਿਪ ਅਤੇ ਉਹਨਾਂ ਦੇ ਲੀਡਰਸ਼ਿਪ ਦੇ ਆਗੂ ਜੋ ਬੈਠੇ ਨੇ ਕੈਪਟਨ ਸਾਹਿਬ ਖੁਦ ਨੇ। ਰਿਪੋਰਟ।